ਸਮਾਣਾ ਪਾਤਲਾ ਸੜਕ 'ਤੇ ਮਵੀ ਦੇ ਨਜ਼ਦੀਕ ਹਾਦਸਾ ਹੋਇਆ, ਜ਼ਬਰਦਸਤ ਹਾਦਸਾ। ਥਾਰ ਗੱਡੀ ਔਰ ਇੱਕ ਗੱਡੀ ਹੋਰ ਹੈ, ਜਿਹਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਵੀ ਵਿੱਚ ਆ ਗਿਆ ਉਹਨਾਂ ਦੇ, ਔਰ ਇਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ, 6 ਜ਼ਖਮੀ ਹੋਏ ਹੈ, ਜਿਸ ਦੇ ਵਿੱਚ 2 ਔਰਤਾਂ ਵੀ ਹੈ। ਅਜੇ ਮ੍ਰਿਤਕ ਕੀ ਕੋਈ ਪਹਿਚਾਣ ਨਹੀਂ ਹੋ ਸਕੀ, ਜਿਹੜਾ ਦੂਜਾ ਉਹਦੇ ਨਾਲ ਨੌਜਵਾਨ ਸੀ ਪਹਿਚਾਣ ਉਸਕੀ ਨਹੀਂ ਹੋ ਸਕੀ ਹੈ। ਗੰਭੀਰ ਜ਼ਖਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇਤਿਹਾਸਿਕ ਜਾਂਚ ਕੀਤੀ ਜਾਣੀ ਹੈ, ਕਿਸ ਦੀ ਗਲਤੀ ਹੈ, ਕਿਸ ਦੀ ਨਹੀਂ। ਲੇਕਿਨ ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਔਰ ਬਾਕੀ 2 ਔਰਤਾਂ ਸਮੇਤ 6 ਲੋਕ ਜ਼ਖਮੀ ਹੋਏ ਹੈ। ਮੋਟਰਸਾਈਕਲ 'ਤੇ ਕੌਣ ਕੌਣ ਥਾ? ਇਹਦੇ ਵਿੱਚ ਇੱਕ ਗੱਡੀ ਜਿਹੜੀ ਹੈ ਪਾਤਲ ਤੋਂ ਆ ਰਹੀ ਹੈ, ਇੱਕ ਥਾਰ ਗੱਡੀ ਜਿਹੜੀ ਸਮਾਨ ਤੋਂ ਆ ਰਹੀ ਹੈ। ਇਹਨਾਂ ਦੀ ਜ਼ਬਰਦਸਤ ਟੱਕਰ ਹੋਈ ਇਹਨਾਂ ਦੀ, ਜਿਹਦੇ ਵਿੱਚ ਜਿਹੜੇ ਕੁਛ ਜ਼ਖਮੀ ਹੋਏ ਨੇ ਉਹਨਾਂ ਨੂੰ ਚਾਰ ਕੁ ਪਤਾ ਲੱਗਿਆ ਵੀ ਗੱਡੀ ਦੇ ਵਿੱਚ ਬੈਠੇ ਨੇ, 3-4 ਸਟਾਪ 'ਚ ਹਨ ਥਾਰ ਦੇ ਵਿੱਚ। ਜਿਹੜੇ ਜ਼ਖਮੀ ਹਾਲਤ ਦੇ ਨੇ, ਜਿਹਨੂੰ ਸਖਤ ਜ਼ਖਮ ਹਨ, ਉਹਨੂੰ ਕੱਢ ਕੇ ਇਹਨਾਂ ਨੂੰ ਐਂਬੂਲੈਂਸ 'ਚ ਪਾ ਕੇ ਰੈਫਰ ਕੀਤਾ ਹੋਇਆ ਸਮਾਣੇ ਦਾ, ਸਮਾਣੇ ਭੇਜਿਆ ਹੋਇਆ। ਮਵੀ ਕਲਾ ਮਵੀ ਚੌਂਕੀ ਤੋਂ ਦੱਸ ਰਹੇ ਨੇ, ਉਹਦੇ ਨੇੜੇ ਕਿਤੇ 108 ਵਾਲੇ ਲੈ ਕੇ ਆਏ ਨੇ। ਇਹ ਹੋਏ ਸੰਤੋਸ਼ ਕਾਂਤ, 6 ਪੇਸ਼ੈਂਟ ਨੇ ਜੀ, ਇੱਕ ਬਰੋਡ ਡੈਡ ਹੈ ਤੇ ਇੱਕ ਮਰੀਜ਼ ਦਾ ਅਨਕੌਂਸ਼ੀਅਸ ਹੈ, ਉਹਦਾ ਕੋਈ ਨਾਮ ਦਾ ਪਤਾ ਨਹੀਂ ਲੱਗਿਆ ਹੈਗਾ, ਬਰੋਡ ਡੈਡ ਵਾਲੇ ਦਾ ਵੀ ਨਾਮ ਦਾ ਪਤਾ ਨਹੀਂ ਲੱਗਿਆ। ਲੇਡੀਜ਼ 2 ਨੇ ਜੋ ਸੀਰੀਅਸਲੀ ਇੰਜਰਡ ਹੈ, ਹੈਡ ਇੰਜਰੀ ਦੇ ਨਾਲ ਇੱਕ ਦਾ ਨਾਮ ਸੰਤੋਸ਼ ਹੈ ਜੀ, ਇੱਕ ਦਾ ਕਾਂਤ ਹੈਗਾ, ਬੱਚਾ ਠੀਕ ਹੈ, ਬੱਚੇ ਨੂੰ ਮਾਈਨਰ ਇੰਜਰੀ, ਉਹਦੇ ਫਾਦਰ ਦੇ ਫ੍ਰੈਕਚਰ ਹੈ ਜੀ ਲੱਤ ਦੇ, ਉਹਨਾਂ ਦਾ ਬਲਕਾਰ ਸਿੰਘ ਨਾਂ ਹੈ ਜੀ। ਪਰਸਨ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।